ਸ਼ੁਕਰ ਗੁਜ਼ਾਰ ਆ ਕਹਿੰਦੇ ਪਿਆਰ ਔਰ ਖਲੂਸ ਨਾਲ ਤੁਸਾਂ ਸਾਡਾ ਇਸਤਕਬਾਲ ਕੀਤਾ ਔਰ ਯਕੀਨ ਕਰੋ ਮੇਰੇ ਇਲਮ ਵਿੱਚ ਇਜ਼ਾਫਾ ਹੋਇਆ ਹੈ ਕਿ ਸਿੱਧੀ ਵਾਲੀ ਵੀ ਇੰਨੇ ਬੰਦੇ ਵਾਸਤੇ ਨੇ ਮੈਂ ਤੂੰ ਬਹੁਤ ਛੋਟਾ ਪਿੰਡ ਸਮਝ ਲੱਗਦਾ ਤੇ ਬਹੁਤ ਵੱਡਾ ਪਿੰਡ ਹੈ ਯਾ ਤੁਹਾਡਾ ਪਿਆਰ ਹੀ ਹੈ ਬੰਦਾ ਲੈਣਾ ਚਾਹੁੰਦਾ ਕਿ ਘਰ ਕੋਈ ਬੰਦਾ ਨਹੀਂ ਗਿਆ ਔਰ ਸਾਰੇ ਆ ਗਏ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੱਲ ਮੇਰੀ ਕਲਾਸਕੇ ਵਾਲਿਆਂ ਨਾਲ ਗੱਲ ਹੋ ਰਹੀ ਸੀ ਹੁਣ ਤੁਹਾਨੂੰ ਪਤਾ ਕਲਾਸਕੇ ਸਾਡੇ ਹਲਕੇ ਚ ਨਹੀਂ ਸੀ ਹੁੰਦਾ 20 ਸਾਲ ਤੋਂ ਨਿਕਲ ਗਏ ਹੈ ਅਹਿਮਦ ਨਾਲ ਉਹਨਾਂ ਦੀ ਵਾਹ ਵਰਤਨ ਕੋਈ ਨਹੀਂ ਸੀ ਲੇਕਿਨ ਤੁਹਾਡੇ ਪਿਆਰ ਦੀ ਵਜ੍ਹਾ ਕਰਕੇ ਤੁਹਾਡੀ ਜਿਹੜੀ ਸ਼ੋਹਰਤ ਤੁਸਾਂ ਉੱਥੇ ਪੜਾਈ ਹੈ ਉਹਦੀ ਵਜ੍ਹਾ ਕਰਕੇ ਉਹ ਕਲਾਸਕਿਆਂ ਦੇ ਬੰਦੇ ਕਹਿੰਦੇ ਸਨ ਕਿ ਜਗ੍ਹਾ ਸਾਹਿਬ ਅਹਿਮਦ ਦੀ ਵੋਟ ਮੰਗਣੇ ਬੜੇ ਸੌਖੇ ਜਿਹੜੇ ਉਹਦੇ ਦੂਸਰੇ ਨਾਲ ਚੱਲ ਰਹੇ ਨੇ ਉਹਨਾਂ ਦੀ ਜ਼ੋਰ ਲਾਉਣਾ ਪੈਂਦਾ ਅਹਿਮਦ ਨੂੰ ਕਹਿੰਦੇ ਨੇ ਲੋਕੀ ਕਿ ਅਸੀਂ ਵੋਟ ਦਿਆਂਗੇ ਜਾਂ ਉਹਦੀ ਵਜ੍ਹਾ ਇਹ ਕਿ ਉਹ ਬਹੁਤ ਮਿਹਨਤੀ ਬੱਚਾ ਹੈ ਮੇਰਾ ਖਿਆਲ ਹੈ ਕਿ ਪਿਛਲੇ 50 ਸਾਲਾਂ ਵਿੱਚ ਕੋਈ ਨਹੀਂ ਕਹਿ ਸਕਦਾ ਕਿ ਕਿਸੇ ਉਹਨੂੰ ਇਤਨਾ ਹੋਈ ਹੋਵੇ ਸਹੀ ਕਿ ਉਹ ਕਿਸੇ ਖੁਸ਼ੀ ਜਾਂ ਗਮੀ ਤੇ ਨਹੀਂ ਪਹੁੰਚਿਆ ਉਹ ਹਮੇਸ਼ਾ ਪਹੁੰਚਦਾ ਹੈ ਔਰ ਆਪਣੇ ਬੜੇ ਪਿਆਰ ਨਾਲ ਆਪਣੇ ਦੋਸਤਾਂ ਨੂੰ ਭਾਈਆਂ ਨੂੰ ਸਾਥੀਆਂ ਨੂੰ ਮਿਲਦਾ ਹੈ ਹੁਣ ਗੁਜ਼ਾਰਿਸ਼ ਹੈ ਵੀ ਇਹ ਤੇ ਹੋ ਗਈ ਉਹਦੀ ਜ਼ਾਤ ਦੀ ਗੱਲ ਮੁਲਕ ਦਾ ਵੀ ਕੁਛ ਸੋਚਣਾ ਹੈ ਜਿਸ ਹਾਲ ਵਿੱਚ ਮੁਲਕ ਪਹੁੰਚ ਗਿਆ ਹੈ ਖਾਸ ਤੌਰ ਤੇ ਜਿਹਨਾਂ ਹਾਲਾਤ ਹੈ ਸਾਡੇ ਅਸੀਂ ਜਿਹਨਾਂ ਆਪਣੇ ਆਪ ਨੂੰ ਪੇਂਡੂ ਕਹਿੰਦੇ ਹਾਂ ਜੋ ਸਾਡੇ ਹਾਲਾਤ ਹੋ ਗਏ ਨੇ ਪਿਛਲੇ 15 ਸਾਲਾਂ 10 ਇੰਚ ਉਹਦੇ ਤੋਂ ਡਰ ਲੱਗਣ ਲੱਗ ਪਿਆ ਕਿ ਅੱਗੋਂ ਸਾਡੇ ਨਾਲ ਕੀ ਹੋਣਾ ਹੈ ਹਰ ਸ਼ੈ ਮਹਿੰਗੀ ਹੋਈ ਜਾਂਦੀ ਹੈ ਲੇਕਿਨ ਸਾਡੀਆਂ ਜਨਾਜ਼ ਅੱਗੇ ਨਾਲੋਂ ਸਸਤੀਆਂ ਵਿਕਦੀਆਂ ਗਈਆਂ ਟਰੈਕਟਰ ਮਹਿੰਗੇ ਖਾਦਾਂ ਮਹਿੰਗੀਆਂ ਦਵਾਈਆਂ ਮਹਿੰਗੀਆਂ ਬਿਜਲੀ ਮਹਿੰਗੀ ਡੀਜ਼ਲ ਕਿੱਥੇ ਤੁਰ ਗਿਆ ਵੇਖੋ 125 ਰੁਪਏ ਤੇ ਗੱਲ ਕਰਨ ਦਾ ਮਕਸਦ ਹੈ ਵੇ ਕਿ ਕਿਸੇ ਨੂੰ ਖਿਆਲ ਹੀ ਨਹੀਂ ਆਇਆ ਪਿਛਲੇ 10 ਸਾਲਾਂ ਵਿੱਚ ਕਿ ਜ਼ਿਮੀਦਾਰ ਵੀ ਇੱਥੇ ਕੋਈ ਵਸਦੇ ਜਾਂ ਦਿਹਾਤ ਵਿੱਚ ਵੀ ਲੋਕ ਰਹਿੰਦੇ ਨੇ ਜਿਨ੍ਹਾਂ ਦਾ ਦਾਰੋ ਮਦਾਰ ਜ਼ਿਮੀਦਾਰਾਂ ਤੇ ਵੀ ਉਹ ਜਾਣ ਬੁੱਝ ਕੇ ਖਾਸ ਤੌਰ ਤੇ ਮੀਆਂ ਨਵਾਜ਼ ਸ਼ਰੀਫ ਉਹ ਇਹ ਚਾਹੁੰਦਾ ਹੈ ਕਿ ਜਿਹੜੇ ਇਹ ਦਿਹਾਤੀ ਕਲਚਰ ਹੈ ਇਹਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ ਔਰ ਇਹਨਾਂ ਨੂੰ ਮਜਬੂਰ ਕੀਤਾ ਜਾਏ ਕਿ ਅੱਜ ਨਕਲ ਮਕਾਨੀ ਕਰਕੇ ਤੇ ਸ਼ਹਿਰਾਂ 'ਚ ਪਹੁੰਚ ਜਾਣ ਲੇਕਿਨ ਮੇਰੇ ਭਾਈਓ ਇਨਸ਼ਾਅੱਲਾ ਤੁਹਾਡੀ ਦੁਆ ਨਾਲ ਤੁਸਾਂ ਅਗਰ ਹਿੰਮਤ ਕੀਤੀ ਮਿਹਨਤ ਕੀਤੀ ਇਨਸ਼ਾਅੱਲਾ ਮੁਹੰਮਦ ਅਹਿਮਦ ਜੱਠਾ ਕਾਮਯਾਬ ਹੋਏਗਾ ਉਹਦੀ ਕਾਮਯਾਬੀ ਇਨਸ਼ਾਅੱਲਾ ਇਮਰਾਨ ਖਾਨ ਦੀ ਕਾਮਯਾਬੀ ਹੋਏਗੀ ਇਨਸ਼ਾਅੱਲਾ ਅਹਿਮਦ ਦੀ ਕਾਮਯਾਬੀ ਇਮਰਾਨ ਖਾਨ ਦੀ ਕਾਮਯਾਬੀ ਹੋਏਗੀ ਔਰ ਨਾਲ ਦੁਆ ਕਰਾਂਗੇ ਕਿ ਇਮਰਾਨ ਖਾਨ ਦੀ ਜਿਹੜੀ ਕਾਮਯਾਬੀ ਹੈ ਉਹ ਪਾਕਿਸਤਾਨ ਦੀ ਕਾਮਯਾਬੀ ਵੀ ਹੋਵੇ ਕਿਉਂਕਿ ਅਗਰ ਪਾਕਿਸਤਾਨ ਨੇ ਸਹੀ ਪਾਸੇ ਮੂੰਹ ਨਾ ਕੀਤਾ ਤੇ ਫਿਰ ਕੀ ਫਰਕ ਪੈਂਦਾ ਕੌਣ ਇਲੈਕਟ ਹੁੰਦਾ ਤੇ ਕੌਣ ਨਹੀਂ ਇਲੈਕਟ ਹੁੰਦਾ ਰਹੀ ਮੇਰੀ ਗੁਜ਼ਾਰਿਸ਼ ਜੀ ਮਿਹਨਤ ਕਰੋ ਕੋਸ਼ਿਸ਼ ਕਰੋ ਔਰ ਨਾਲ ਦੁਆ ਵੀ ਕਰੋ ਕਿ ਜਿਹੜੀ ਵੀ ਹਕੂਮਤ ਅੱਗੋਂ ਬਣੇ ਉਹ ਇਸ ਮੁਲਕ ਨੂੰ ਰਾਹ ਰਾਸਤੇ ਲੈ ਜਾਏ ਖੁਦਾ ਹਾਫਿਜ਼ ਪਾਕਿਸਤਾਨ ਪਾਉਂਦਾ